ਜੀ ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਜ਼ੀਸ਼ਾਨ ਅਲੀ, ਟੂਰਿਸਟ ਮੈਂਟੋਰ ਚੈਨਲ ਤੋਂ ਅੱਜ ਇੱਕ ਦਫ਼ਾ ਫਿਰ ਦੋਸਤੋ ਅੱਜ ਅਸੀਂ ਇਹ ਗੱਲ ਕਰਾਂਗੇ ਪੋਰਚੁਗਾਲ ਦੀ। ਪੋਰਚੁਗਾਲ ਜਿਸ ਤਰ੍ਹਾਂ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਸੁਣਿਆ ਹੋਣਾ ਕਿ ਪੋਰਚੁਗਾਲ ਸ਼ੈਨਗਨ ਤੋਂ ਬਾਹਰ ਜਾ ਰਿਹਾ, ਇਹਦੇ ਬਾਰੇ ਗੱਲ ਆ। ਛੋਟੀ ਜਿਹੀ ਮੁਖਤਸਰ ਜਿਹੀ ਵੀਡੀਓ ਬਣਾਊਂਗਾ, ਵੀਡੀਓ ਐਂਡ ਤੱਕ ਦੇਖਿਓ ਪਲੀਜ਼। ਅਗਰ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਤਾਂ ਕਮੈਂਟ ਕਰਨਾ, ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ, ਅਤੇ ਆਪਣੇ ਜਿਹੜੇ ਨਵੇਂ ਆਉਣ ਵਾਲੇ ਮੇਰੇ ਦੋਸਤ ਆ, ਵੈਲਕਮ, ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਜੀ। ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਸੁਣਿਆ ਹੋਣਾ ਕਿ ਪੁਰਤਗਾਲ ਜਿਹੜਾ ਵਾ ਉਹ ਸ਼ੈਨਗਨ ਤੋਂ ਬਾਹਰ ਜਾ ਰਿਹਾ ਵਾ, ਇਹਦੇ ਬਾਰੇ ਗੱਲ ਆ। ਬੜੀ ਇੰਪੋਰਟੈਂਟ ਨਿਊਜ਼ ਹੈਗੀ ਆ, ਕਿਉਂਕਿ ਸਾਡੇ ਪਾਕਿਸਤਾਨੀ ਜਾਂ ਇੰਡੀਅਨ ਜਿਹੜੇ ਦੋਸਤ ਹੈਗੇ ਸੀਗੇ ਉਹ ਪੁਰਤਗਾਲ ਆਉਣਾ ਚਾਹੁੰਦੇ ਸੀਗੇ, ਜਿਨ੍ਹਾਂ ਦੇ ਵੀਜ਼ੇ ਲੱਗੇ ਸੀ ਉਹ ਥੋੜ੍ਹੇ ਜਿਹੇ ਵਰੀਡ ਸੀਗੇ ਕਿ ਮੇ ਬੀ ਪੋਸੀਬਲੀ ਅਗਰ ਇਹ ਸ਼ੈਨਗਨ ਤੋਂ ਬਾਹਰ ਚਲਾ ਗਿਆ ਤਾਂ ਜਿਹੜੇ ਲਾਜ਼ ਹੈਗੇ ਆ ਉਹ ਇਮੀਗ੍ਰੇਸ਼ਨ ਦੇ ਉਹ ਚੇਂਜ ਹੋ ਜਾਣਗੇ, ਜਾਂ ਵੀਜ਼ਾ ਪੋਲਿਸੀਜ਼ ਇਹ ਚੇਂਜ ਕਰ ਦੇਣਗੇ। ਇਸ ਤਰ੍ਹਾਂ ਵੈਸੇ ਹੁੰਦਾ ਨਹੀਂ, ਅਗਰ ਇਹ ਚਲੇ ਵੀ ਜਾਵੇ ਨਾ ਬਾਹਰ, ਇਸ ਤਰ੍ਹਾਂ ਹੁੰਦਾ ਨਹੀਂ ਆ, ਕਿਉਂਕਿ ਉਹਨਾਂ ਨੂੰ ਈਅਰ ਔਰ 2 ਈਅਰ ਲੱਗਦੇ ਆ ਕਿਸੇ ਵੀ ਲਾਅ ਨੂੰ ਜਾਂ ਪੋਲਿਸੀਜ਼ ਨੂੰ ਇੰਪਲੀਮੈਂਟ ਕਰਦਿਆਂ ਹੋਇਆਂ, ਥੋੜ੍ਹਾ ਟਾਈਮ ਲੱਗਦਾ ਵਾ। ਅੱਛਾ, ਮੈਂ ਤੁਹਾਨੂੰ ਨਾ ਇਹਦੇ ਪਿੱਛੇ ਇੱਕ ਬਿਹਾਈਂਡ ਸਟੋਰੀ ਕੀ ਸੀਗੀ, ਕਿਉਂ ਇਹ ਬਾਹਰ ਜਾ ਰਿਹਾ ਵਾ। ਸਾਰੇ ਇਹ ਕਹਿ ਰਹੇ ਬਸ ਬਾਹਰ ਜਾ ਰਿਹਾ, ਬਾਹਰ ਜਾ ਰਿਹਾ, ਕਿਉਂ ਜਾ ਰਿਹਾ ਬਾਹਰ? ਮੈਂ ਤੁਹਾਨੂੰ ਛੋਟੀ ਜਿਹੀ ਇਹਦੀ ਮੈਂ ਡਿਟੇਲ ਦੱਸਦਾ ਵਾਂ। ਕਿਸੇ ਵੀ ਮੁਲਕ ਦੀ ਇਕੋਨੋਮੀ ਜਿਹੜੀ ਆ ਨਾ, ਜਿਹੜੇ ਬੰਦੇ ਇਕਨੋਮਿਕਸ ਨੂੰ ਜਾਣਦੇ ਆ ਉਹ ਸਮਝਦੇ ਮੇਰੀ ਗੱਲ ਨੂੰ, ਮੇਰੀ ਸਮਝਣਗੇ। ਕਿਸੇ ਵੀ ਮੁਲਕ ਦੀ ਇਕੋਨੋਮੀ ਡਿਪੈਂਡ ਕਰਦੀ ਆ ਰੀਅਲ ਸਟੇਟ ਬਿਜ਼ਨਸ ਦੇ ਉੱਤੇ, ਜਾਂ ਕਰਦੀ ਹੁੰਦੀ ਹੈ ਟੂਰਿਜ਼ਮ ਦੇ ਉੱਤੇ। ਮੋਸਟਲੀ ਯੂਰੋਪੀਅਨ ਕੰਟਰੀਆਂ ਇਹਨਾਂ ਦੋਵਾਂ ਚੀਜ਼ਾਂ ਦੇ ਉੱਤੇ ਡਿਪੈਂਡੈਂਟ ਆ। ਪੁਰਤਗਾਲ ਵੀ ਇਸ ਤਰ੍ਹਾਂ ਹੀ ਆ। ਪੁਰਤਗਾਲ ਦਾ ਇੱਕ ਲਾਅ ਵਾ ਉੱਥੇ ਰੀਅਲ ਸਟੇਟ ਦੇ ਮਾਮਲੇ ਦੇ ਵਿੱਚ, ਅਗਰ ਕੋਈ ਫਾਦਰ ਜਾਂ ਮਦਰ ਆਪਣੀ ਵਿਲ ਛੱਡ ਜਾਂਦੇ ਆ ਕਿ ਮੇਰਾ ਹਾਊਸ ਆ ਅਤੇ ਮੇਰੇ 3 ਜਾਂ 4 ਜਾਂ 5 ਜਿਤਨੇ ਵੀ ਉਹਦੇ ਬੱਚੇ ਆ, ਮੇਰੇ ਮਰਨ ਤੋਂ ਬਾਅਦ ਇਕੁਅਲੀ ਇਹ ਡਿਵਾਈਡ ਹੋਣਾ ਚਾਹੀਦਾ ਸਭ ਨੂੰ, ਅਤੇ ਉਹਨਾਂ ਦੇ ਵਿੱਚੋਂ 3 ਜਾਂ 4 ਐਗਰੀ ਆ ਕਿ ਅਸੀਂ ਯਾਰ ਇਹਨੂੰ ਸੇਲ ਕਰ ਦਈਏ ਘਰ ਨੂੰ, ਜਾਂ ਕੋਈ ਵੀ ਪ੍ਰੈਮਿਸਿਸ ਆ, ਕੋਈ ਕਾਰ ਆ, ਜਾਂ ਕੋਈ ਫੈਕਟਰੀ ਆ, ਜੋ ਵੀ ਆ ਵਟਸੋਐਵਰ, ਅਸੀਂ ਸੇਲ ਕਰ ਦਿੰਦੇ ਹਾਂ। ਇੱਕ ਵਿੱਚੋਂ ਡਿਸਗਰੀ ਆ ਚਾਇਲਡ ਜਿਹੜਾ ਉਹਨਾਂ ਦਾ, ਉਹ ਕਹਿੰਦਾ ਯਾਰ ਮੈਂ ਨਹੀਂ ਇਹ ਵੇਚਣਾ, ਉੱਥੇ ਲਾਅ ਵਾ ਤੁਸੀਂ ਵੇਚ ਨਹੀਂ ਸਕਦੇ ਉਹ। ਅਤੇ ਉੱਥੇ ਥਾਊਜ਼ੈਂਡਸ ਆਫ ਹਾਊਸਿਸ ਜਿਹੜੇ ਆ ਨਾ ਪੁਰਤਗਾਲ ਦੇ ਵਿੱਚ ਅਬੈਂਡਨ ਪਏ ਆ। ਤੁਸੀਂ ਇਹ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜਿਹੜੇ ਪੁਰਤਗੀਜ਼ ਆ ਜਿਹੜੇ ਪੁਰਤਗਾਲ ਦੇ ਵਿੱਚ ਰਹਿੰਦੇ ਜਾਂ ਉਹਦੇ ਆਲੇ ਦੁਆਲੇ ਜਿਹੜੇ ਲੋਕ ਜਾਣਦੇ ਆ ਪੁਰਤਗਾਲ ਨੂੰ ਬੜੀ ਚੰਗੀ ਤਰ੍ਹਾਂ, ਮੈਂ ਤਾਂ ਐਟਲੀਸਟ ਜਿਹੜਾ ਵਾ 7-8 ਦਫ਼ਾ ਉੱਥੇ ਵਿਜ਼ਿਟ ਕੀਤਾ, ਉਹ ਜਾਣਦੇ ਆ ਕਿ ਉੱਥੇ ਇੱਕ ਕਾਨੂੰਨ ਹੈਗਾ ਕਿ ਤੁਸੀਂ ਉਸ ਪ੍ਰੋਪਰਟੀ ਸੇਲ ਨਹੀਂ ਕਰ ਸਕਦੇ, ਅਬੈਂਡਨ ਹਾਊਸ ਪਏ ਆ, ਜਿਸ ਵਜ੍ਹਾ ਤੋਂ ਉੱਥੇ ਦਾ ਰੀਅਲ ਸਟੇਟ ਦਾ ਬਿਜ਼ਨਸ ਜਿਹੜਾ ਸੀ ਨਾ ਉਹ ਕਲੈਪਸ ਹੋ ਗਿਆ। ਰੀਅਲ ਸਟੇਟ ਦਾ ਬਿਜ਼ਨਸ ਜਿਹੜਾ ਵਾ ਬੂਮ ਨਹੀਂ ਕੀਤਾ, ਜਿਹਦੀ ਵਜ੍ਹਾ ਤੋਂ ਸ਼ੈਨਗਨ ਨੂੰ ਇਸ ਤਰ੍ਹਾਂ ਲੱਗਿਆ ਕਿ ਯਾਰ ਇਹ ਜਿਹੜਾ ਪੁਰਤਗਾਲ ਆ ਨਾ ਸਾਡੇ ਉੱਤੇ ਬਰਡਨ ਆ, ਅਤੇ ਇਹਨੂੰ ਫਾਰਗ ਕਰਾਓ। ਲੇਕਿਨ ਇਹ ਅੱਜ ਦੀ ਨਹੀਂ ਹੈ ਖਬਰ, ਅੱਜ 14th of May ਆ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਅੱਜ ਰਾਤ ਹੀ ਮੈਂ ਇਹਨੂੰ ਨਾ ਅਪਲੋਡ ਕਰ ਦੇਵਾਂ ਤਾਂ ਕਿ ਤੁਸੀਂ ਸੁਬਾਹ ਤੱਕ ਦੇਖ ਲਓ। ਅੱਛਾ, ਅਤੇ ਉਹਨਾਂ ਨੇ ਕਿਹਾ ਵੀ ਯਾਰ ਇਹਨਾਂ ਨੂੰ ਨਾ ਫਾਰਗ ਕਰਾਓ। 2 ਸਾਲ ਤੋਂ ਡਿਬੇਟ ਚੱਲ ਰਹੀ ਸੀ ਵੀ ਇਹਨੂੰ ਕੱਢ ਦਈਏ ਰੱਖ ਲਈਏ, ਕੱਢ ਦਈਏ ਰੱਖ ਲਈਏ, ਕਿਉਂਕਿ ਆਹ ਜਿਹੜਾ ਈਅਰ ਸੀਗਾ ਨਾ 2023 ਮਈ ਤੋਂ ਲੱਗਦਾ ਹੁਣ ਤੱਕ
ਇਹ ਸਮਝ ਲਓ ਵੀ ਟ੍ਰਾਇਲ ਸੀਗਾ ਉਹਨਾਂ ਦਾ ਕਿ ਰੱਖੀਏ ਕਿ ਨਾ ਰੱਖੀਏ। ਈਵਨ ਦੋ ਕਿ ਜਦੋਂ ਯੂਕੇ ਦਾ ਬ੍ਰੈਗਜ਼ਿਟ ਹੋਇਆ ਵਾ, ਇਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀਗਾ ਕਿ ਇਹ ਪਹਿਲੀ ਇੱਟ ਨਿਕਲੀ ਆ ਯੂਰਪੀ ਯੂਨੀਅਨ 'ਚੋਂ। ਉਹ ਤਾਂ ਖੈਰ ਉਦੋਂ ਲੋਕਾਂ ਨੇ ਬੜਾ ਇਤਰਾਜ਼ ਕੀਤਾ ਸੀ। ਐਨੀਵੇ ਅਸੀਂ ਆਪਣੇ ਟੌਪਿਕ ਦੀ ਤਰਫ ਹੀ ਚੱਲਦੇ ਹਾਂ। ਅੱਛਾ, ਹੁਣ ਇਹਨਾਂ ਨੇ ਕੱਲ੍ਹ ਜਿਹੜਾ ਸੀ ਨਾ ਤਜ਼ੀਆ ਨਿਗਾਰ ਜਿਹੜੇ ਸੀ ਇਹਨਾਂ ਦੇ ਐਨਾਲਿਸਟ ਸੀਗੇ, ਉਹਨਾਂ ਨੇ ਇਹ ਨੋਟ ਕੀਤੀ ਗੱਲ ਕਿ ਜਿਹੜਾ ਇਹਨਾਂ ਦਾ 2023 ਮਈ ਤੋਂ ਲੱਗਦਾ ਹੁਣ ਤੱਕਰ ਇਹਨਾਂ ਦਾ ਟੂਰਿਜ਼ਮ ਜਿਹੜਾ ਵਾ ਨਾ ਉਹ ਬਹੁਤ ਜ਼ਿਆਦਾ ਉਹਨੇ ਬੂਮ ਲਿਆ ਵਾ, ਅੱਛੇ ਖਾਸੇ ਪੈਸੇ ਬਣਾਏ ਆ। ਇਸ ਕਰਕੇ ਦੋਸਤੋ ਬੇਫਿਕਰ ਹੋ ਜਾਓ, ਡੋਂਟ ਵਰੀ ਅਬਾਊਟ ਇਟ। ਇਹ ਪੁਰਤਗਾਲ ਜਿਹੜਾ ਵਾ ਸਟਿਲ ਇਹ ਸ਼ੈਂਗਨ ਦੇ ਵਿੱਚ ਆ, ਕੋਈ ਮਸਲਾ ਨਹੀਂ ਗਾ, ਤੁਸੀਂ ਆਓ ਵਿਜ਼ਿਟ ਕਰੋ। ਮਤਲਬ ਅਗਰ ਜਿਨ੍ਹਾਂ ਦੇ ਵੀਜ਼ੇ ਲੱਗੇ ਆਣ ਕੇ ਆਪਣਾ ਕੰਮ ਸ਼ੰਮ ਕਰਨ ਜਾਂ ਜਿਸ ਤਰ੍ਹਾਂ ਵੀ ਉਹਨਾਂ ਦਾ ਚੱਕਰ ਆ। ਅਤੇ ਬਸ ਦੋਸਤੋ, ਇਹ ਛੋਟੀ ਜਿਹੀ ਨਿਊਜ਼ ਸੀਗੀ, ਮੈਂ ਕਿਹਾ ਤੁਹਾਨੂੰ ਖੁਸ਼ਖਬਰੀ ਪਹਿਲਾਂ ਸੁਣਾ ਲਈਏ। ਅੱਛਾ, ਅਗਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ, ਅਤੇ ਐਨੀਵੇ ਆਪਣਾ ਖਿਆਲ ਰੱਖਿਓ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ, ਗੁੱਡ ਲੱਕ।